ਉਸ ਕੇਸ ਦੇ ਵਿੱਚ ਪੁਲਿਸ ਨੇ ਇਮੀਡੀਏਟਲੀ ਜਿਹੜੀ ਹੈਗੀ ਕਾਰਵਾਈ ਕਰਦੇ ਹੋਏ ਜਿਹੜਾ ਮੇਨ ਸ਼ੂਟਰ ਹੈਗਾ ਉਸ ਕੇਸ ਦੇ ਵਿੱਚ ਅਸੀਂ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਇੱਕ ਪਰਚਾ ਦਰਜ ਕੀਤਾ ਸੀਗਾ ਮਰਡਰ ਦੇ ਅਰਾਊਂਡ 8 ਜਿਹੜੇ ਸੀਗੇ ਬਾਈ ਨੇਮ ਸੀਗੇ ਇੱਕ ਉਹਦੇ 'ਚ ਬਾਕੀ ਕੁਛ ਅਣਪਛਾਤੇ ਜਿਹੜੇ ਹੈਗੇ ਉਹਦੇ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਸੀਗਾ ਇਹਦੇ 'ਚ ਜਿਹੜਾ ਮੇਨ ਅਕਿਊਜ਼ਡ ਹੈਗਾ ਸਾਹਿਲ ਕਪੂਰ ਸਾਹਿਲ ਕਪੂਰ ਹੈਗਾ ਜਿਹਨੇ ਫਾਇਰ ਕੀਤਾ ਸੀਗਾ ਇਹਦੇ ਇਹਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਕੁਛ ਹੀ ਘੰਟਿਆਂ ਦੇ ਵਿੱਚ ਜਿਹੜਾ ਹੈਗਾ ਮੌਕੇ ਤੋਂ ਮੌਕੇ ਦੇ ਆਲੇ ਦੁਆਲੇ ਤੋਂ ਅਸੀਂ ਜਿਹੜਾ ਹੈਗਾ ਵੱਖ ਵੱਖ ਟੀਮਾਂ ਬਣਾ ਕੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਇਸ ਇਹਦੇ ਵਿੱਚ ਜਿਹੜਾ ਕਿ ਇੱਕ ਅਸਲਾ ਜਿਹੜਾ ਬਰਾਮਦ ਹੋਇਆ ਹੈਗਾ ਇਹਦੇ ਨਾਲ ਹੀ ਜਿਹੜੇ ਹੈਗੇ ਇਹਦੇ 'ਤੇ 2 ਐਮਟੀ ਸ਼ੈਲ ਵੀ ਜਿਹੜੇ ਹੈਗੇ ਬਰਾਮਦ ਹੋਏ ਹੈਗੇ ਉਹ ਅੱਗੇ ਅਸੀਂ ਤਫਤੀਸ਼ ਜਾਰੀ ਹੈਗੀ ਬਾਕੀ ਜਿਹੜੇ ਲੋਕ ਹੈਗੇ ਉਹਨਾਂ ਨੂੰ ਫੜਨ ਵਾਸਤੇ ਵੀ ਅਕਿਊਜ਼ ਨੂੰ ਫੜਨ ਵਾਸਤੇ ਵੀ ਅਸੀਂ ਵੱਖ ਵੱਖ ਟੀਮਾਂ ਲਾਈ ਹੈਗੀ ਅਸੀਂ ਉਹਨਾਂ ਨੂੰ ਅਸੀਂ ਰੇਡ ਕਰੇ ਹੈਗੇ ਐਂਡ ਜਲਦੀ ਅਸੀਂ ਉਹਨਾਂ ਸਾਰਿਆਂ ਨੂੰ ਅਸੀਂ 'ਤੇ ਫੜ ਲਾਂਗੇ ਦੇਖੋ ਜੀ ਇਹਨਾਂ ਦਾ ਕੋਈ ਆਪਸ 'ਤੇ ਪੈਸੇ ਦਾ ਲੈਣ ਦੇਣ ਜਿਹੜਾ ਸੀ ਉਹਦੇ ਜਿਹੜਾ ਪ੍ਰਾਈਮ ਆਫ ਸਹੀ ਉਹ ਬਤਾਇਆ ਜਾ ਰਿਹਾ ਬਾਕੀ ਤਫਤੀਸ਼ ਦਾ ਸਬਜੈਕਟ ਹੈ ਇਲੀਗਲ ਅਸਲਾ ਹੈਗਾ ਔਰ ਇਹਦੇ ਨਾਲ 2 ਐਮਟੀ ਸ਼ੈਲ ਵੀ ਹੈ ਉਹ ਬਰਾਮਦ ਕੀਤੇ ਹੈਗੇ ਬਾਕੀ ਅਸੀਂ ਇਹਦੀ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਾਂਗੇ ਫਿਲਹਾਲ ਤਫਤੀਸ਼ ਦਾ ਸਬਜੈਕਟ ਹੈ।